ਅਸਲਾਮ ਵਾਲੇਕੁਮ ਦੋਸਤੋ, ਤੁਸੀਂ ਵੇਖਦੇ ਪਏ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਹਾਂ ਫੈਸਲ ਅਲੀ, ਔਰ ਅੱਜ ਦੀ ਇੱਕ ਬੜੀ ਮਜ਼ੇਦਾਰ ਵੀਡੀਓ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਹਾਂ। ਅਤੇ ਅੱਜ ਦੀ ਵੀਡੀਓ ਹੈ ਜੀ ਬਕਰਾ ਈਦ ਦੇ ਹਵਾਲੇ ਨਾਲ। ਤੁਹਾਨੂੰ ਪਤਾ ਹੀ ਹੈ ਕਿ ਨੇੜੇ ਆ ਗਈ ਹੈ ਅਤੇ ਸਾਰਿਆਂ ਜਿਨ੍ਹਾਂ ਨੂੰ ਸਾਲ ਬਾਅਦ ਵੋਟੀ ਲੱਭਦੀ ਉਹਨਾਂ 'ਤੇ ਬਸ ਬੱਕਰੇ ਦੀ ਯਾਦ ਰੱਖੀ ਹੁੰਦੀ ਹੈ। ਹੈਂ ਅੱਜ ਜਨਾਬ ਜਿਹੜਾ ਮੈਂ ਇੱਕ ਵਾਕਿਆ ਤੁਹਾਨੂੰ ਸੁਣਾਉਣ ਵਾਲਾ, ਸੱਚਾ ਵਾਕਿਆ। ਆਹ ਬਕਰਾ ਈਦ ਨੇੜੇ ਆਉਂਦੀ ਪਈ ਹੈ ਅਤੇ ਮੈਂ ਆ ਇਤਰਾ 4 ਦੇ ਪਹਿਲੇ ਇੱਕ ਵਾਕਿਆ ਜਿਹੜਾ ਹੈ ਜਨਾਬ ਆਪਾਂ ਸੁਣਿਆ ਹੈ, ਅਤੇ ਮੈਂ ਆਖਿਆ ਤੁਹਾਨੂੰ ਸਾਰਿਆਂ ਨੂੰ ਸੁਣਾਵਾਂ, ਚਾ ਤੁਹਾਡੇ ਵਾਸਤੇ ਵੀ ਕੋਈ ਫਾਇਦਾ ਹੋ ਜਾ ਸੀ। ਸੁਣ ਕੇ ਮੇਰੀ ਗੱਲ ਹੁਣ ਸੁਣ ਲਓ ਧਿਆਨ ਨਾਲ। ਪਹਿਲੇ ਉਸ ਤੋਂ ਪਹਿਲੇ ਵੀਡੀਓ ਨੂੰ ਸਕਿੱਪ ਨਹੀਂ ਕਰਨਾ, ਇੱਕ ਤਾਂ ਪੂਰੀ ਵੀਡੀਓ ਵੇਖ ਲਓ, ਦੂਆ ਇਹਨੂੰ ਸਬਸਕ੍ਰਾਈਬ ਅਤੇ ਲਾਈਕ ਕਰ ਲਓ, ਅਤੇ ਵਾਕਿਆ ਸੁਣਨ ਤੋਂ ਬਾਅਦ ਜਨਾਬ ਇਹ ਵੀਡੀਓ ਜਿਹੜੀ ਹੈ ਇਹਨੂੰ ਸ਼ੇਅਰ ਵੀ ਕਰਨਾ ਹੈ, ਕਿਉਂਕਿ ਸ਼ੇਅਰ ਕਰਨ ਨਾਲ ਇੱਕ ਤਾਂ ਤੁਹਾਡਾ ਫਾਇਦਾ ਵੀ ਹੋ ਜਾ ਸੀ, ਜਿਹਨੂੰ ਗੱਲ ਸੁਣਨ ਦਾ ਵੀ ਫਾਇਦਾ ਹੋ ਜਾ ਸੀ। ਅਤੇ ਹੁਣ ਇਹਨੂੰ ਆਪ ਪਹਿਲੇ ਚੰਗੀ ਤਰ੍ਹਾਂ ਸੁਣ ਲਓ, ਮੁੜ ਅਗਲਿਆਂ ਨਾਲ ਵੀ ਸ਼ੇਅਰ 'ਚ ਕਰਿਆ ਹੈ, ਅਤੇ ਉਸ ਤੋਂ ਪਹਿਲੇ ਲਾਈਕ ਅਤੇ ਸਬਸਕ੍ਰਾਈਬ ਵਾਲਾ ਬਟਨ ਜਿਹੜਾ ਨਾ ਦੱਬ ਛੱਡੋ। ਗੱਲ ਇਵੇਂ ਹੈ ਕਿ ਜਨਾਬ ਦੋ ਸਾਡੇ ਦੋਸਤ ਨੇ ਹੈਂਡ ਬੈਂਕ 'ਚ ਕੰਮ ਕਰਦੇ, ਠੀਕ ਹੈ ਨਾ। ਉਹਨਾਂ ਜਨਾਬ ਪੈਂਟ ਕੋਟ ਪਾਇਆ ਹੋਇਆ, ਟਾਈ ਸ਼ਾਈ ਲਾਈ ਹੋਈ, ਅਤੇ ਆਪਣੇ ਜਨਾਬ ਬੱਕਰਾ ਮੰਡੀ ਉੱਥੇ ਗਏ ਨੇ ਜਨਾਬ। ਉਹਨਾਂ ਨੂੰ ਕੋਈ ਬੱਕਰਾ ਚਾਹੀਦਾ, ਉਹਨਾਂ ਆਖਿਆ ਜੀ 4 ਦਿਨ ਈਦ ਤੋਂ ਪਹਿਲੇ ਲੈ ਲੈਂਦੇ ਹਾਂ, ਕਹਿੰਦੀ ਕੋਈ ਖਿਦਮਤ ਕਰਸਾਂ ਹੈ, ਕੋਈ ਇਹਦੀ ਸੇਵਾ ਕਰਸਾਂ ਹੈ ਕਿ ਕੋਈ ਸਵਾਬ ਦਾ ਜ਼ਰੀ ਲੱਭ ਜਾ ਸੀ। ਇਸ ਚੱਕਰ ਜਨਾਬ ਉਹ 4 ਦੇ ਪਹਿਲੇ ਆਪਣੇ ਨੇ ਬੱਕਰਾ ਲਵਾਉਣ ਵਾਸਤੇ, ਅਤੇ ਉੱਥੇ ਜਨਾਬ ਫਿਰਦੇ ਟੁਰਦੇ ਰਹੇ ਨੇ, ਇੱਦੇ ਉੱਦੇ ਵਹਿੰਦੇ ਰਹੇ ਨੇ ਬੱਕਰੇ। ਰੇਟ ਬੜੇ ਜ਼ਿਆਦਾ ਹਨ, ਜਿਹਦੇ ਕੋਲ ਪੁੱਛਣ ਬੱਕਰੇ ਦਾ ਰੇਟ, ਉਹ ਜਨਾਬ ਕੋਈ 50 ਤੋਂ 70 ਲੱਖ ਤੀਕਰ ਰੇਟ ਬੜੇ ਹੁੰਦੇ ਨੇ ਬੱਕਰਿਆਂ ਦੇ ਇਸ ਮੌਸਮ ਵਿੱਚ, ਅਤੇ ਇਸੇ ਤੀਕਰ ਰੇਟ ਦੱਸਦੇ ਦਵਾਉਂਦੇ। ਉਹ ਸਾਰੇ ਟੁਰੇ ਫਿਰੇ, ਕੋਈ ਰੇਂਜ ਉਹਨਾਂ ਦੀ ਆਈ ਕੋਈ 30-35 ਦੀ ਕਿ ਸਾਨੂੰ ਇੱਥੇ ਤੀਕਰ ਲੱਭ ਜਾਵੇ, ਅਤੇ ਅਸੀਂ ਲੈ ਕੇ ਟਾਈਮੋ ਟਾਈਮ ਜਾਵੀਏ, ਤੁਹਾਨੂੰ ਪਤਾ ਹੈ ਮੁੜ। ਉਹ ਐਵੇਂ ਕਰਦੇ ਕਰਾਉਂਦੇ ਜਨਾਬ ਚੱਕਰ ਲਾਉਂਦੇ ਹੀ ਹੁੰਦੇ ਆਉਣ ਵਾਲੇ ਕਿ ਆਉਂਦੇ ਪਏ ਨੇ, ਅਤੇ ਇੱਕ ਬੰਦਾ ਟਕਰਿਆ ਵਪਾਰੀ, ਪਿੰਡ ਦਾ ਕੋਈ ਮਜਲੀ ਸ਼ਜਲੀ ਪਾਈ ਹੋਈ ਹੈ ਅਤੇ ਸਾਫਾ ਮੋਢੇ ਸਟਿਆ ਹੋਇਆ ਖੜਾ ਹੋਇਆ। ਉਹਦਾ ਆਖਿਆ ਛੋਰੋ ਖੈਰ ਹੈ, ਤੁਹਾਨੂੰ ਮੈਂ ਤੁਹਾਨੂੰ ਵਹਿੰਦਾ ਪਿਆ, ਕਿਵੇਂ ਦਾ ਬੱਕਰਾ ਤੁਹਾਨੂੰ ਚਾਹੀਦਾ, ਮੈਂ ਵਹਿੰਦਾ ਪਿਆ ਚੱਕਰ ਚੁੱਕਰ ਲਾਉਂਦੇ ਪਿਓ, ਅਤੇ ਮੈਨੂੰ ਦੱਸੋ ਕੋਈ ਮੈਂ ਤੁਹਾਡੀ ਮਦਦ ਕਰ ਸਕਣਾ। ਅਤੇ ਉਹਨਾਂ ਆਖਿਆ ਜੀ ਸਾਨੂੰ ਬੱਕਰਾ ਚਾਹੀਦਾ ਹੈ, ਅਤੇ ਉਸ ਆਖਿਆ ਕਿਤੇ ਤਾਂ ਹੀ ਚਾਹੀਦਾ। ਉਸ ਆਖਿਆ ਉਹ ਇਹ ਤਾਂ ਮੁੜ ਬਾਅਦ ਦੀ ਗੱਲ ਨਾ, ਉਸ ਆਖਿਆ ਉਹ ਮੇਰਾ ਇੱਕ ਪਿੰਡ ਦਾ ਸਾਡੇ ਐਨ ਉਹ ਆਇਆ ਹੋਇਆ ਇੱਥੇ ਬੱਕਰੇ ਲਾਏ ਗਏ, ਅਤੇ ਮੈਂ ਤੁਹਾਨੂੰ ਉਹਦੇ ਬੱਕਰੇ 'ਚ ਵਿਖਾਉਂਦਾ, ਜੇ ਤੁਹਾਨੂੰ ਪਸੰਦ ਆ ਜਾਵੇ ਤਾਂ ਮੁੜ ਆਪਾਂ ਰੇਟ ਵੀ ਥੋੜ੍ਹਾ ਘੱਟ ਕਰਾ ਲਈ ਸਾਂ। ਠੀਕ ਹੈ, ਬੜੇ ਖੁਸ਼ ਹੋ ਗਏ, ਚਲੋ ਬੰਦਾ ਲੱਭ ਗਿਆ, ਕੋਈ ਵਪਾਰੀ ਹੈ, ਸਮਝਦਾਰ ਹੈ, ਅਤੇ ਚੱਲਣੇ ਇਹਦੇ ਨਾਲ ਕੋਈ ਬੱਕਰਾ ਚੰਗਾ ਲੱਭ ਜਾ ਸੀ। ਉਹ ਜਨਾਬ ਇਸ ਚੱਕਰ ਦੇ ਵਿੱਚ ਗਏ, ਬੱਕਰਾ ਚੰਗਾ ਲੱਭ ਜਾ ਸੀ, ਬੱਕਰਾ ਤਾਂ ਚੰਗਾ ਹੀ ਸਾਫ ਮੁੜ। ਉਹ ਜਿਹਦੇ ਕੋਲ ਲੈ ਗਿਆ ਵਪਾਰੀ, ਉਸ ਆਖਿਆ ਜੀ ਇਹ ਮੇਰੇ ਪਿੰਡ ਦਾ ਬੰਦਾ, ਅਤੇ ਉਸ ਆਖਿਆ ਛੂ ਰਹੇ ਨੇ, ਅਤੇ ਬੱਕਰਾ ਉਹਦੇ ਕੋਲ ਹੁਣ ਜਨਾਬ ਇੱਕ ਹੀ ਰਹਿ ਗਿਆ, ਉਸ ਆਖਿਆ ਬਾਕੀ ਮੈਂ ਬੱਕਰੇ ਦਿੱਤੇ ਨੇ ਵੇਚ, ਜਿਹਦੇ ਕੋਲ ਉਹ ਵਪਾਰੀ ਲੈ ਗਿਆ ਉਹਨਾਂ ਛੂਰਾਂ ਨੂੰ। ਉਸ ਆਖਿਆ ਬੱਕਰੇ ਰਹੇ ਨੇ ਵੇਚ, ਅਤੇ ਬੱਕਰਾ ਰਹਿ ਗਿਆ ਇੱਕ, ਅਤੇ ਇਹ ਮੈਂ ਦੇਵਣਾ ਤਾਂ ਹੈ ਕਿ ਮੈਨੂੰ ਇੱਕ ਆ ਗਈ ਹੈ ਖੋਤੀ ਪਸੰਦ, ਅਤੇ ਜਿਹੜੇ ਬੰਦੇ ਕੋਲ ਹੈ ਨਾ ਖੋਤੀ, ਉਹਦੀ ਤਾਂ ਮੇਰੀ ਐਵੇਂ ਅਚਿੱਡ ਬਣੀ ਖਲੀ, ਉਹ ਖੋਤੀ ਮੈਨੂੰ ਦਿੰਦਾ ਨਹੀਂ ਆਉਂਦਾ, ਐਵੇਂ ਮੈਂ ਦੇ ਛੱਡਣੀ ਹੈ, ਤੈਨੂੰ ਖੋਤੀ ਕਾਹ ਨਹੀਂ ਦੇਣੀ, ਅਤੇ ਮੈਨੂੰ ਚਾਹੀਦੀ ਹੈ ਉਹ ਖੋਤੀ, ਅਤੇ ਤੁਹਾਨੂੰ ਚਾਹੀਦਾ ਹੈ ਬੱਕਰਾ। ਹੁਣ ਐਵੇਂ ਕੰਮ ਇਹ ਹੈ, ਗੱਲ ਇਹ ਹੈ ਕਿ ਤੁਸੀਂ ਇੰਝ ਕਰੋ ਕਿ ਉਸ ਬੰਦੇ ਕੋਲੋਂ ਖੋਤੀ ਜਿਹੜੀ ਹੈ ਉਹ ਲੈ ਕੇ ਚਾ ਮੈਨੂੰ ਦਿਓ, ਅਤੇ ਬੱਕਰਾ ਤੁਸੀਂ ਲੈ ਜਾਓ। ਉਸ ਆਖਿਆ ਬੱਕਰੇ ਦਾ ਰੇਟ, ਉਹਨਾਂ ਪਹਿਲੇ ਪੁੱਛ ਲਿਆ ਕਿ ਬਈ ਰੇਟ ਵੀ ਮੁਕਾ ਲਈਏ ਬਾਅਦ ਵਿੱਚ ਰੋਲਾ ਹੁੰਦਾ ਨਾ। ਉਸ ਆਖਿਆ ਚਾ ਕਿ ਬੱਕਰੇ ਦਾ ਰੇਟ ਇਹਨੇ 35,000 ਇਸ ਤੁਹਾਨੂੰ ਮੈਂ ਦੇ ਛੱਡ ਸਾਂ, ਉਂਝ ਤਾਂ ਜ਼ਿਆਦਾ ਹੈ ਅਤੇ ਤੁਹਾਡੇ ਵਾਸਤੇ 35,000 35,000 ਵਿੱਚ ਤੁਹਾਨੂੰ ਦੇ ਛੱਡ ਸਾਂ। ਇਹ ਬੜੇ ਖੁਸ਼ ਹੋ ਗਏ ਜੀ, ਸਾਡੀ ਰੇਂਜ ਵੀ ਇਤਨੀ ਇੱਕੀ ਹੈ, ਚਲੋ ਇੰਨੇ 'ਚ ਲੱਭ ਜਾਵੇ ਤਾਂ ਬੜਾ ਹੈ, ਇਹ ਖਿਲਦੇ ਪੈਵੇਂ ਹੋਣਾ। ਉਸ ਤੋਂ ਬਾਅਦ ਜਨਾਬ ਉਹ ਜਿਹੜਾ ਬੰਦਾ ਹੈ ਨਾ, ਉਹ ਦੂਆ ਵਪਾਰੀ, ਉਹ ਲੈ ਕੇ ਜਨਾਬ ਅਪੜਿਆ ਉਹ ਖੋਤੀ ਵਾਲੇ ਕੋਲ। ਉਹਨਾਂ ਨੂੰ ਉਹ ਖੋਤੀ ਵਾਲੇ ਨੂੰ ਉਹਨਾਂ ਜਾ ਕੇ ਛੁਰਾਂ ਆਖਿਆ ਕਿ ਸਾਨੂੰ ਇਹ ਖੋਤੀ ਚਾਹੀਦੀ ਹੈ। ਉਸ ਆਖਿਆ ਬੱਕਰਾ ਮੰਡੀ ਇਹ ਚਾਹੇ ਨੇ, ਤੁਹਾਨੂੰ ਖੋਤੀ 'ਤੇ ਕੀ ਤੁਸੀਂ ਕਰਨਾ।
ਉਹ ਸਾਗਾ ਜੀ ਖੋਤੀ ਚਾਹੀਦੀ ਹੈ ਸਾਨੂੰ, ਅਸੀਂ ਇਹ ਖੋਤੀ ਦੇ ਕੇ ਅਤੇ ਬੱਕਰਾ ਲੈਣਾ। ਉਹ ਬੰਦਾ ਆਉਂਦਾ ਕਿ ਸਾਨੂੰ ਉਹ ਖੋਤੀ ਲਿਆ ਦਿਓ ਅਤੇ ਬੱਕਰਾ ਲੈ ਲਓ, ਅਤੇ ਤੂੰ ਐਵੇਂ ਕਰਕੇ ਸਾਨੂੰ ਖੋਤੀ ਦੇ ਚਾ। ਉਹ ਖੋਤੀ ਦਾ ਉਸ ਜਨਾਬ ਆਖਿਆ ਚਲੋ ਮੇਰੇ ਵੀ ਕੰਮ ਤਾਂ ਆਵਣੀ ਹੈ, ਲੇਕਿਨ ਹੁਣ ਤੁਸੀਂ ਲੈਣ ਆ ਗਏ ਨੇ ਤਾਂ ਲੈ ਲਓ, ਮੈਂ ਤੁਹਾਨੂੰ ਇਨਕਾਰ ਵੀ ਨਹੀਂ ਕਰ ਸਕਦਾ। ਉਹ ਖੋਤੀ ਦਾ ਜਨਾਬ ਕੀ ਹੋਇਆ, ਉਸ ਆਖਿਆ ਕਿੰਨੇ 'ਚ ਦੇਸੀ, ਉਸ ਆਖਿਆ 25,000 ਰੁਪਈਆ ਉਸ ਨੰਦ ਕੋਲ ਮੰਗਿਆ। ਇਹ ਹੁਣ ਹੋਰ ਖੁਸ਼ ਹੋ ਗਿਆ ਕਿ ਦੀਆ 25,000 ਸਰਦਾ ਪਿਆ, 10,000 ਬਚਦਾ ਪਿਆ। ਇਹਨਾਂ ਜਨਾਬ 25,000 ਵਿੱਚ ਉਹ ਖੋਤੀ ਲੈ ਲਈ, ਖੋਤੀ ਲੈ ਕੇ ਆਪਣੇ ਨੇ ਤੇ ਅੱਗੇ ਜਿਹੜਾ ਹੈ ਬੱਕਰੇ ਵਾਲਾ ਬੰਦਾ ਉਹ ਵੀ ਕੋਈ ਨਹੀਂ ਗਾਇਬ। ਹੁਣ ਬੱਕਰੇ ਵਾਲਾ ਵੀ ਗਾਇਬ, ਖੋਤੀ ਵੀ ਲੈ ਲਈ, 25,000 ਰੁਪਈਆ ਵੀ ਦੇ ਲਿਆ, ਖੋਤੀ ਕੇ ਕੰਮ ਆਵਣੀ ਆਏ। ਬੰਦਾ ਪੁੱਛੇ ਕਿ ਕੁਰਬਾਨੀ ਦੇ ਵਿੱਚ ਖੋਤੀ ਦਾ ਕੀ ਕੰਮ ਉੱਥੇ? ਉਹ ਸਾਰੇ ਬੰਦੇ ਉਹਨਾਂ ਨੂੰ ਵੇਖਣ ਆਉਂਦੇ, ਇੱਥੇ ਖੋਤੀ ਹੋਵੇ ਲੈ ਕੇ ਹੁਣ ਖਲੇ ਹੋਏ ਉੱਥੇ। ਉਹ ਸਾਰੇ ਬੰਦੇ ਪੁੱਛਣ ਉਸ ਖੋਤੀ ਦਾ ਤੁਸੀਂ ਕੀ ਕਰਨਾ? ਉਹ ਝਾਗਾਂ ਝੁੱਗਾਂ ਕਰਨ ਇਹਨਾਂ ਸਾਰਿਆਂ ਨੂੰ, ਇਹ ਹੁਣ ਪੱਚੀ ਹੋਵੇ ਨੇ ਪਛਤਾਵੇਣ ਕਿ ਯਾਰ ਅਸੀਂ ਇਹ ਕੀ ਕਰ ਬੈਠੇ ਹਾਂ, ਹੁਣ ਖੋਤੀ ਲਵਣੂ ਲਾਏ ਬੈਠੇ ਹੋ, ਇਹਨਾਂ ਦੇ ਕਿਹੜੇ ਕੰਮ ਦੀ ਆਏ? ਅਤੇ ਕਿਹਾ ਕਿੱਸਾ ਕਿ ਸੁਣਾਵਣ ਦੀ ਗੱਲ ਇਹੀ ਸੀ, ਕਹਿੰਦਾ ਹੁਣ ਸਬਕ ਤੁਹਾਨੂੰ ਇਹੀ ਮੈਂ ਦੱਸੀ ਜਾਵਾਂ ਕਿ ਜਾਓ ਅਤੇ ਕਿਸੇ ਦੀਆਂ ਗੱਲਾਂ 'ਤੇ ਲੱਗ ਕੇ ਉਹ ਫਲਾਣਾ ਬੰਦਾ ਆਖੇ ਜੀ ਮੈਨੂੰ ਹੁਣ ਇਹ ਖੋਤੀ ਚਾਹੀਦੀ ਹੈ ਅਤੇ ਇਹ ਬੱਕਰਾ ਤੁਹਾਨੂੰ ਮੈਂ ਤਾਂ ਦੇਸਾਂ। ਆ ਕਮਲਿਆ ਗੱਲ ਸੁਣੋ ਮੇਰੀ, ਉਹਨੂੰ ਆਖੋ ਤੂੰ 35 ਲੈਣਾ ਹੈ, ਤੂੰ 35 ਲਾਓ ਬੱਕਰਾ ਮੈਨੂੰ ਦੇ, ਅਤੇ ਖੋਤੀ ਤੂੰ ਉਹਨੂੰ 4 ਆਨੇ ਵੱਧ ਦੇ ਕੇ ਤੂੰ ਆਪੇ ਲੈ ਲਾ ਮੀਆਂ, ਜੇ ਜਿੰਨੇ 'ਚ ਉਹ ਆਖੇ ਤੂੰ ਉਹਨੇ 'ਚ ਖੋਤੀ ਲੈ ਲਵੀਂ। ਹੁਣ ਖੋਤੀ ਦਾ ਅਤੇ ਬੱਕਰੇ ਦਾ ਜਿਹੜਾ ਮੁਕਾਬਲਾ ਆ, ਇਹਦੇ 'ਚ ਉਹ ਆਪਣੇ 25 ਵੀ ਠਗਾ ਬੈਠਾ, ਖੋਤੀ ਵੀ ਲੈ ਬੈਠੇ, ਖੋਤੀ ਕਿਸੇ ਨਹੀਂ ਕੰਮ ਆਉਣੀ। ਸਮਝਦਾਰੀ ਕਰਿਆ ਹੈ, ਬੱਕਰਾ ਮੰਡੀ ਜਾਓ ਅਤੇ ਆਪਦਾ ਬੜਾ ਹੁਸ਼ਿਆਰ, ਬੜੀ ਚਲਾਕੀ ਨਾਲ ਔਰ ਬੜੀ ਸਮਝਦਾਰੀ ਦੇ ਨਾਲ ਖਰੀਦ ਕਰਨੀ ਹੈ ਔਰ ਚੰਗਾ ਬੱਕਰਾ ਲੈਣਾ। ਅਤੇ ਇਹ ਵੀਡੀਓ ਤੁਹਾਡੇ ਨਾਲ ਮੈਂ ਸ਼ੇਅਰ ਕੀਤੀ ਹੈ ਜਨਾਬ ਭਲੇ ਵਾਸਤੇ, ਅਤੇ ਤੁਸੀਂ ਵੀ ਅਗਾਂਹ ਸ਼ੇਅਰ 'ਚ ਕਰੋ ਲੋਕਾਂ ਦੇ ਭਲੇ ਵਾਸਤੇ ਕਿ ਇਹੋ ਜਿਹੇ ਵੀ ਫਰਾਡ ਹੁੰਦੇ ਹੀ ਨੇ। ਵੈਸੇ ਅੱਗੇ ਕਿਹੜਾ ਤੁਸੀਂ ਮੇਰੀਆਂ ਵੀਡੀਓ ਸ਼ੇਅਰ ਕਰਦੇ ਨੇ ਜੇ ਤੁਸੀਂ ਹੁਣ ਕਰਨੀ ਹੈ? ਪਰ ਹੁਣ ਕਰ ਸੋਚਾ ਤਾਂ ਭਲਾ ਹੀ ਹੋ ਜਾ ਸੀ ਕਿਸੇ ਦਾ, ਹੋਰ ਮੇਰੇ ਫਾਇਦੇ ਵਾਸਤੇ ਨਾ ਕਰੋ, ਮੇਰਾ ਫਾਇਦਾ ਕੋਈ ਨਹੀਂ, ਮੈਂ ਤੁਹਾਡੇ ਭਲੇ ਵਾਸਤੇ ਹੀ ਕੀਤਾ ਹੈ। ਅਤੇ ਚੰਗਾ ਹੈ ਕਿ ਲੋਕਾਂ ਦਾ ਵੀ ਭਲਾ ਕਰੋ ਅਤੇ ਆਪਣੇ ਆਪ ਨੂੰ ਵੀ ਜਨਾਬ ਜਿਹੜਾ ਨਾ ਥੋੜ੍ਹਾ ਜਿਹਾ ਸਮਝਦਾਰ ਰੱਖਿਆ ਹੈ ਇਸ ਕੰਮ ਦੇ ਵਿੱਚ। ਅਤੇ ਹੁਣ ਇਹੀ ਆਖਰੀ ਮੋੜ ਵੀ ਉਹ ਗੱਲ ਕਿ ਲੋਕਾਂ ਦੇ ਭਲੇ ਵਾਸਤੇ ਇਹਨੂੰ ਸ਼ੇਅਰ ਕਰੋ, ਲਾਈਕ ਕਰੋ ਅਤੇ ਆ ਨਾਲ ਚੈਨਲ ਸਬਸਕ੍ਰਾਈਬ ਕਰੋ ਅਤੇ ਆਪਦਾ ਬੜਾ ਹੁਸ਼ਿਆਰ ਰਿਹਾ। ਇਹ ਮਾਮਲੇ ਜਿਹੜੇ ਹੁੰਦੇ ਨਾ, ਪੈਸੇ ਬੜੇ ਔਖੇ ਲੱਭਦੇ ਨੇ, ਅੱਜ ਕੱਲ੍ਹ ਦੇ ਹਾਲਾਤ ਵੀ ਬੜੇ ਔਖੇ ਨੇ, ਮੈਂ ਤੁਹਾਨੂੰ ਇਹ ਦੱਸਾਂ ਪਊ।